ਜੀ ਤੁਹਾਡਾ ਸਾਰਿਆਂ ਦਾ, ਮੈਂ ਗੁਰਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤਬਲਾ ਕਲਾਸਿਸ ਤੇ। ਅੱਜ ਜੋ ਮੈਂ ਤੁਹਾਡੇ ਨਾਲ ਲੈਸਨ ਸ਼ੇਅਰ ਕਰਨ ਜਾ ਰਿਹਾ ਤਾਲ 3 ਤਾਲ 16 ਮਾਤਰਾ ਦੇ ਵਿੱਚ ਇੱਕ ਕਾਇਦਾ। ਇਸ ਲੈਸਨ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਪਹਿਲੀ ਗੱਲ ਤਾਂ ਇਹ, ਮੈਨੂੰ ਲੱਗ ਰਿਹਾ ਜਿਸ ਕੰਮ ਦੇ ਲਈ ਮੈਂ ਚੈਨਲ ਦੀ ਸ਼ੁਰੂਆਤ ਕੀਤੀ ਸੀ, ਜਿਸ ਕੰਮ ਲਈ ਚੈਨਲ ਬਣਾਇਆ ਸੀ, ਉਸ ਵਿੱਚ ਮੈਂ ਕਾਮਯਾਬ ਹੋ ਰਿਹਾ, ਉਸ ਵਿੱਚ ਸਫਲ ਹੋ ਰਿਹਾ। ਬਹੁਤ ਪਿਆਰ ਮਿਲ ਰਿਹਾ ਤੁਹਾਡਾ, ਪਿੱਛੇ ਜੋ ਲੈਸਨ ਪਾਏ ਆ, ਬਹੁਤ ਮੈਸੇਜ ਆਏ, ਬਹੁਤ ਕਾਲਾਂ ਆਈਆਂ, ਅਤੇ ਉਹਨਾਂ ਦੇ ਵਿੱਚੋਂ ਜੋ ਜ਼ਿਆਦਾਤਰ ਜਿਹੜੇ ਮੈਸੇਜ ਅਤੇ ਕਾਲਸ ਸੀਗੀ ਉਹ ਇਹੀ ਸੀਗੀ ਵੀ ਆਉਣ ਵਾਲਾ ਲੈਸਨ ਜਿਹੜਾ ਅਗਲਾ ਲੈਸਨ ਆ ਉਹ ਟਿਕਟ ਦੇ ਰਿਆਜ਼ ਵਾਸਤੇ ਕੋਈ ਕਾਇਦਾ, ਕੋਈ 3 ਤਾਲ ਦਾ ਕਾਇਦਾ ਜਾਂ ਰੇਲਾ ਉਸ ਦੇ ਉੱਪਰ ਬਣਾਇਆ ਜਾਵੇ। ਸੋ ਉਸਨੂੰ ਮੁੱਖ ਰੱਖਦਿਆਂ ਹੋਇਆਂ ਇਹ 3 ਤਾਲ ਦਾ ਕਾਇਦਾ ਮੈਂ ਤੁਹਾਡੇ ਲਈ ਲੈ ਕੇ ਆਇਆ, ਜੋ ਟਿਕਟ ਦਾ ਟਿਕਟ ਬੋਲ ਵਿੱਚ ਯੂਜ਼ ਹੋਣਗੇ। ਅਤੇ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਮੈਨੂੰ ਹੋਰ ਕਈ ਮੈਸੇਜ ਵਿੱਚੋਂ ਇਹ ਵੀ ਮੈਸੇਜ ਆਏ ਆ ਕਿ ਵੀਰ ਜੀ ਫੋਨ ਕਾਲਸ ਵੀ ਆਈਆਂ ਵੀ ਸਾਨੂੰ ਜਿਹੜੇ ਤੁਸੀਂ ਲੈਸਨ ਪਾਏ ਆ ਉਹਨਾਂ ਦੀ ਸਮਝ ਨਹੀਂ ਆ ਰਹੀ। ਕਈਆਂ ਦੇ ਵਿੱਚ ਇੱਕ ਮੈਨੂੰ ਮੈਸੇਜ ਆਇਆ ਵੀ ਦਾਤੀ ਤਿੱਟ ਤਿੱਟ ਤਾਦੀ ਥਿੱਟ ਤਿੱਟ, ਉਹ ਪਹਿਲਾ ਲੈਸਨ ਪਾਇਆ ਸੀ ਮੈਂ ਲੱਗੀ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ, ਉਹਦੇ ਵਿੱਚ ਦਾਤੀ ਤਿੱਟ ਤਿੱਟ ਤਾਦੀ ਜਿਹੜੀ ਤਾਦੀ ਬੋਲ ਆ ਉਸਦੀ ਸਮਝ ਨਹੀਂ ਆ ਰਹੀ। ਮੈਂ ਤੁਹਾਡੇ ਸਾਰਿਆਂ ਅੱਗੇ ਰਿਕੁਐਸਟ ਕਰਦਾ ਜਿੰਨੇ ਵੀ ਲੈਸਨ ਮੈਂ ਤੁਹਾਡੇ ਲਈ ਅਪਲੋਡ ਕਰ ਰਿਹਾ ਉਹਦੇ ਵਿੱਚ ਇਕੱਲੀ ਇਕੱਲੀ ਚੀਜ਼ ਨੂੰ ਮੈਂ 4-4 ਵਾਰੀ 5-5 ਵਾਰੀ ਦੁਹਰਾ ਕੇ ਤੁਹਾਨੂੰ ਮੈਂ ਦੱਸਦਾ ਬਹੁਤ ਸਲੋ ਸਲੋ ਕਰਕੇ। ਅਤੇ ਰਿਕੁਐਸਟ ਮੇਰੀ ਇਹੀ ਹੈ ਵੀ ਵੀਡੀਓ ਨੂੰ ਲਾਸਟ ਤੀਕਰ ਧਿਆਨ ਨਾਲ ਸੁਣਿਆ ਕਰੋ, ਸਕਿੱਪ ਨਾ ਕਰਿਆ ਕਰੋ, ਵੀਡੀਓ ਨੂੰ ਅੱਗੇ ਨਾ ਕਰਿਆ ਕਰੋ। ਜਿਹੜੀਆਂ ਮੈਂ ਤਕਨੀਕ ਦੱਸੀਆਂ ਤੁਹਾਨੂੰ ਹੌਲੀ ਹੌਲੀ ਕਰਕੇ ਜਿਹੜੀਆਂ ਤਕਨੀਕਸ ਨੇ ਉਹ ਬਿਲਕੁਲ ਜੇ ਆਪਾਂ ਅੱਗੇ ਟਪਾ ਦਾਂਗੇ ਉਹ ਜੋ ਤੁਹਾਨੂੰ ਬਰੀਕੀ ਦੱਸੀ ਹੈ ਜੋ ਤਕਨੀਕ ਦੱਸੀਆਂ ਨੇ ਉਹਨੂੰ ਨਹੀਂ ਸੁਣ ਪਾਓਗੇ ਤੁਸੀਂ, ਉਸ ਤੋਂ ਵਾਂਝੇ ਰਹਿ ਜਾਓਗੇ। ਅਤੇ ਫਿਰ ਜਿਹੜਾ ਉਹ ਵਜਨ ਜਿਹੜਾ ਜੋ ਤਿਆਰੀ ਕਰਨੀ ਹੈ ਉਸਦਾ ਤਰੀਕਾ ਉਹ ਤੁਹਾਨੂੰ ਸਮਝ ਨਹੀਂ ਆਵੇਗਾ। ਠੀਕ ਹੈ ਜੀ, ਆਹ ਹੁਣ ਆਪਾਂ ਇਸ ਕਾਇਦੇ ਨੂੰ ਜਾਣਦੇ ਹਾਂ, ਇਸਦੇ ਬੋਲ ਕਿਸ ਪ੍ਰਕਾਰ ਹਨ। ਇਸਦੇ ਬੋਲ ਹਨ ਧਾਤੀ ਧਾ ਤਿੱਟ ਕਿੱਟ ਤੱਕ ਤਿੱਟ ਕਿੱਟ, ਧਾਤੀ ਧਾਗੇ ਤਿੰਨਾ ਕਿੰਨਾ, ਤਾਤੀ ਤਾ ਤਿੱਟ ਕਿੱਟ ਤੱਕ ਤਿੱਟ ਕਿੱਟ, ਧਾਤੀ ਧਾਗੇ ਧਿੰਨਾ ਗਿੰਨਾ। ਜੋ ਧਾਤੀ ਬੋਲ ਇੱਕ ਮਾਤਰਾ 2 ਵੱਜਣਗੇ, ਧਾ ਤਿੱਟ ਇੱਕ ਮਾਤਰਾ 3 ਬੋਲ ਆ, ਕਿੱਟ ਤੱਕ ਜਿਹੜੇ ਇੱਕ ਮਾਤਰਾ 'ਚ 4 ਬੋਲ ਵੱਜਣਗੇ, ਜਾਂ ਤਿੱਟ ਕਿੱਟ ਉਹ ਵੀ ਇੱਕ ਮਾਤਰਾ 'ਚ 4 ਬੋਲ ਵੱਜਣਗੇ। ਉਸ ਤੋਂ ਬਾਅਦ ਧਾਤੀ ਧਾਗੇ ਤਿੰਨਾ ਕਿੰਨਾ ਉਹ ਇੱਕ ਮਾਤਰਾ ਵਿੱਚ 2-2 ਬੋਲ ਵੱਜਣਗੇ, ਬਿਲਕੁਲ ਸੇਮ ਉਸਦੀ ਖਾਲੀ। ਤਾਤੀ ਤਾ ਤਿੱਟ ਕਿੱਟ ਤੱਕ ਤਿੱਟ ਕਿੱਟ, ਧਾਤੀ ਧਾਗੇ ਦਿੰਨਾ ਗਿੰਨਾ। ਇਸ ਕਾਇਦੇ 'ਚ ਮੈਂ ਹੋਰ ਇੱਕ ਖਾਸੀਅਤ ਦੱਸਾਂ ਤੁਹਾਨੂੰ, ਇਸ ਕਾਇਦੇ ਦੇ ਵਿੱਚ ਧਾਤੀ ਤਿੱਟ ਕਿੱਟ ਤਿੱਟ ਧਾਗੇ ਦਿੰਨਾ ਗਿੰਨਾ ਇਹ ਸਾਰੇ ਬੋਲ ਯੂਜ਼ ਹੋ ਰਹੇ ਆ। ਜਿਸ ਨੂੰ ਇਸ ਕਾਇਦੇ ਨੂੰ ਬਿਆਨ ਆ ਤੁਹਾਡੇ ਹੱਥ ਦੀ ਤਿਆਰੀ, ਤੁਹਾਡੇ ਹੱਥ ਦਾ ਵਜ਼ਨ ਹੋਰ ਵੀ ਨਿਖਰ ਕੇ ਸਾਹਮਣੇ ਆਊਗਾ। ਆਓ ਜਾਣ ਲੈਂਦੇ ਇਸ ਕਾਇਦੇ ਦੇ ਬੋਲ ਵਿਸਤਾਰ ਦੇ ਵਿੱਚ। ਧਾਤੀ ਧਾਤੀ ਧਾਗੇ ਤਿੰਨਾ ਕਿੰਨਾ, ਤਾਤੀ ਧਾਤੀ ਧਾਗੇ ਦਿੰਨਾ ਗਿੰਨਾ। ਆਓ ਇਹਨਾਂ ਨੂੰ ਸਲੋ ਕਰਕੇ ਜਾਣਦੇ ਹਾਂ। ਧਾਤੀ ਧਾ ਧਾਤੀ ਪਿੱਛੇ ਧਾਤੀ ਧਾ ਧਾਗੇ, ਜੋ ਧਾਤੀ ਪਿੱਛੇ ਮਾਰਨਾ ਧਾਤੀ ਧਾਗੇ ਥੋੜ੍ਹਾ ਜਿਹਾ ਹੱਥ ਅੱਗੇ ਕਰਕੇ ਧਾਗੇ ਤਿੰਨਾ ਕਿੰਨਾ, ਜਿਸ ਦਾ ਤਿੰਨਾ ਕਿੰਨਾ ਖੁੱਲਾ ਵੀ ਆਉਣਾ ਤਿੰਨਾ ਤਿੰਨਾ। ਫਿਰ ਤੋਂ ਜਾਣਦੇ ਹਾਂ ਧਾਤੀ ਧਾਤੀ ਧਾਗੇ ਤਿੰਨਾ ਕਿੰਨਾ। ਇਸ
ਅਸੀਂ ਖਾਲੀ ਜਾਂਦੇ ਹਾਂ ਤਾਤੀ ਤਾ ਤਾਤੀ ਦਾ ਕੇ ਦੁਨਾ ਗਿੰਨਾ ਜੋ ਦਿਨਾ ਗਿੰਨਾ ਦੁਨਾ ਗਿੰਨਾ ਉਹ ਵੀ ਖੁੱਲ੍ਹਾ ਹੀ ਮਾਰਨਾ ਆਪਾਂ ਫਿਰ ਤੋਂ ਜਾਂਦੇ ਹਾਂ ਤਾਤੀ ਦਾ ਹੋਰ ਗੱਲ ਸ਼ੇਅਰ ਕਰਨੀ ਚਾਹੁੰਦਾ ਕਈ ਮੈਨੂੰ ਮੈਸੇਜ ਇਸ ਗੱਲ ਤੋਂ ਵੀ ਆਇਆ ਵੀ ਵੀਰ ਜੀ ਜੋ ਟਿਟਕਿਟ ਆ ਉਹ ਕਿਸ ਅੰਗਲ ਤੋਂ ਸ਼ੁਰੂ ਕਰਨੀ ਆ ਕੋਈ ਕਹਿੰਦੇ ਕੋਈ ਦੂਸਰੇ ਅੰਗਲ ਤੋਂ ਸ਼ੁਰੂ ਕਰਨੀ ਹੈ ਕੋਈ ਤੀਸਰੇ ਅੰਗਲ ਤੋਂ ਸ਼ੁਰੂ ਕਰਨੀ ਆ ਜੋ ਟਿਟਕਿਟ ਆਪਾਂ ਪਹਿਲੀ ਟਿਟਕਿਟ ਆਪਾਂ ਸ਼ੁਰੂ ਕਰਨੀ ਆ ਉਹ ਇਸ ਅੰਗਲ ਤੋਂ ਵੀ ਆਉਣੀ ਆ ਟਿਟ ਟਿਟ ਬਾਕੀ ਪੂਰੀ ਟਿਟ ਟਿਟ ਪਹਿਲੀ ਟਿਟ ਇਸ ਤੋਂ ਸ਼ੁਰੂ ਕਰਨੀ ਬਾਕੀ ਸਾਰਾ ਸੇਮ ਆਸਨ ਥੋੜ੍ਹਾ ਜਿਹਾ ਤਿਆਰੀ 'ਚ ਦੇਖਦੇ ਹਾਂ ਬਿਲਕੁਲ ਹੌਲੀ ਹੌਲੀ ਭਾਰੀ ਹੱਥ ਦੇ ਨਾਲ ਕਰਨਾ ਜਿਵੇਂ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਦੱਸਦਾ ਆ ਰਿਹਾ ਕਾਹਲੀ ਬਿਲਕੁਲ ਨਹੀਂ ਕਰਨੀ ਕਿਸੇ ਚੀਜ਼ ਦੀ ਵੀ ਕਿਸੇ ਨੂੰ ਪਕਾਉਣ ਲੱਗਿਆ ਬਿਲਕੁਲ ਹੌਲੀ ਹੌਲੀ ਉਮੀਦ ਕਰਦਾ ਤੁਹਾਨੂੰ ਇਹ ਲੈਸਨ ਪਸੰਦ ਆਵੇਗਾ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰੋ ਜੋ ਆਉਣ ਵਾਲੇ ਲੈਸਨ ਤੁਹਾਨੂੰ ਮੇਰੇ ਉਹ ਸ਼ੋਅ ਹੋ ਸਕਣ ਧੰਨਵਾਦ ਜੀ।